ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ, ਕੀ ਹਾਲ ਚਾਲ ਹੈ ਜੀ ਸਾਰਿਆਂ ਦਾ। ਉਮੀਦ ਕਰਦਾ ਸਾਰੇ ਜਣੇ ਠੀਕ ਹੋਗੇ। ਸੋ ਸਵਾਗਤ ਹੈ ਜੀ ਅੱਜ ਦੇ ਨਵੇਂ ਵਲੌਗ 'ਚ। ਅਤੇ ਬਾਈ, ਵਲੌਗ ਜਿਹੜਾ ਮੈਂ ਪਿਛਲਾ ਵਲੌਗ ਪਾਇਆ ਨਾ, ਉਸ ਤੋਂ ਦੂਜੇ ਦਿਨ ਸਟਾਰਟ ਹੋਇਆ, ਤੀਜੇ ਦਿਨ ਸੋਰੀ, ਠੀਕ ਹੈ। ਅਤੇ ਫਿਲਹਾਲ ਜੇ ਹਾਲਾਤਾਂ ਦੀ ਗੱਲ ਕਰਾਂ ਤਾਂ ਬਾਈ, ਦਾੜ ਨੇ ਬਹੁਤ ਔਖੇ ਕੀਤੇ ਆ, ਠੀਕ ਹੈ। ਅਤੇ ਦਾੜ ਨੇ ਇੰਨੇ ਕੁ ਔਖੇ ਕਰਤੇ ਆ ਕਿ ਹੱਦ ਕੋਈ ਨਹੀਂ, ਕਢਵਾ ਵੀ ਲਈ ਆ। ਜਿਹੜਾ ਯੱਬ ਮੈਂ ਸੋਚਦਾ ਸੀ ਵੀ ਬਾਅਦ 'ਚ ਪਊਗਾ, ਉਹ ਪਹਿਲਾਂ ਹੀ ਪੈ ਗਿਆ। ਜਿਹੜੇ ਯੱਬ ਕਰਕੇ ਕਢਾਈ ਸੀਗੀ ਕਿ ਬਾਅਦ 'ਚ ਦਿੱਕਤ ਦੇਣੀ ਹੈ ਇਹਨੇ, ਅਤੇ ਉਹ ਇੰਨੀ ਕੁ ਜ਼ਿਆਦਾ ਪ੍ਰੋਬਲਮ ਹੋ ਗਈ ਆ ਹੁਣ। ਅਤੇ ਉਹਨੂੰ ਵਾਰ ਵਾਰ ਮਤਲਬ ਸੈਟਿੰਗਸ ਕਰਾਉਣੀ ਪੈ ਰਹੀ ਆ। ਅਤੇ ਹੁਣ ਚਲੋ ਅੱਜ ਕਰਾਇਆ ਮੈਂ, ਠੀਕ ਹੈ। ਅਤੇ ਇੰਨਾ ਆ ਵੀ ਸੈਟਿੰਗ ਮਹਾਰਾਜ ਦੀ ਕਿਰਪਾ ਨਾਲ ਆ ਗਈ ਵੀ ਇੰਨਾ ਓਪਰਾ ਜਿਹਾ ਨਹੀਂ ਲੱਗ ਰਿਹਾ, ਵੀ ਦਰਦ ਦੁਰਦ ਵੀ ਨਹੀਂ ਹੋ ਰਿਹਾ, ਕੁਛ ਸਹੀ ਆ, ਠੀਕ ਹੈ। ਅਤੇ ਹੁਣ ਮੈਂ ਨਿਕਲ ਚੱਲਿਆ ਜੀ ਮੋਹਾਲੀ ਨੂੰ, ਠੀਕ ਹੈ। ਅਤੇ ਮੋਹਾਲੀ ਦਾ ਤੁਹਾਨੂੰ ਪਤਾ ਹੀ ਆਪਣਾ ਸਟੋਪ ਕਿੱਥੇ ਹੁੰਦਾ, ਠੀਕ ਹੈ। ਅਤੇ ਬੈਕਗਰਾਊਂਡ ਵੋਇਸ ਨੂੰ ਥੋੜ੍ਹੀ ਜਿਹੀ ਇਗਨੋਰ ਕਰਿਓ, ਕਿਉਂਕਿ ਬਾਈ ਪਿੱਛੇ ਪਿਆ ਟੂਲ ਬਾਕਸ ਟਰੈਕਟਰ ਦਾ ਆਪਣੇ ਦਾ, ਅਤੇ ਇੱਕ ਬੋਟਲ ਹੋਲਡਰ। ਉਹ ਯਾਦ ਨਹੀਂ ਰਹਿੰਦਾ ਯਾਰ, ਜਦੋਂ ਮੈਂ ਜਾਣਾ ਹੁੰਦਾ ਆ ਫਿਰ ਉਹ ਲੱਗਣੋਂ ਰਹਿ ਜਾਂਦਾ ਆ ਹਮੇਸ਼ਾ। ਅਤੇ ਮੈਂ ਸੋਚਿਆ ਵੀ ਯਾਰ ਕਿ ਗੱਡੀ 'ਚ ਰੱਖ ਲਈਏ ਕਿ ਆਪਾਂ ਨੂੰ ਪ੍ਰੋਬਲਮ ਨਹੀਂ ਹੋਊਗੀ। ਇੱਕ ਆਪਾਂ ਟੋਪ ਲਿੰਕ ਵੀ ਲੈ ਕੇ ਜਾਣੀ ਆ ਜਦੋਂ ਜਾਣਾ ਆ, ਠੀਕ। ਅਤੇ ਉਹ ਵੀ ਰਹਿ ਰਹੀ ਆ, ਉਹ ਵੀ ਪੇਂਟ ਕਰਾਉਣੀ ਆ। ਅਤੇ ਫਿਲਹਾਲ ਮੈਂ ਘਰੋਂ ਨਿਕਲਿਆ ਹੀ ਹਾਂ ਬਸ। ਵੈਸੇ ਤਾਂ ਅੱਜ ਮੈਨੂੰ ਕੰਮ ਹੋਰ ਸੀਗੇ, ਪਰ ਅਰਜੈਂਟਲੀ ਆਪਣੇ ਯਾਰਾਂ ਮਿੱਤਰਾਂ ਦਾ ਫੋਨ ਆਇਆ ਤਾਂ ਫਿਰ ਹੁਣ ਆਪਣਾ ਜਾਣਾ ਬਣਦਾ ਆ, ਜ਼ਰੂਰੀ ਆ ਬਾਈ ਉਹ ਵੀ। ਅਤੇ ਬਸ ਮੈਂ ਘਰੋਂ ਨਿਕਲਿਆ ਹੀ ਹਾਂ। ਅਤੇ ਭਾਈ ਸਾਹਿਬ ਹੋਰਨ ਪਤਾ ਨਹੀਂ ਮੇਰੀ ਗੱਡੀ ਦਾ ਛੋਟਾ ਆ ਯਾਰ, ਕਿਸੇ ਨੂੰ ਸੁਣਦਾ ਹੀ ਨਹੀਂ ਆ, ਠੀਕ ਹੈ। ਅਤੇ ਜਿਹੜਾ ਆ ਰਿਹਾ ਵਿੱਚ ਹੀ ਵੱਜਣ ਨੂੰ ਕਰਦਾ ਆ। ਅਤੇ ਫਿਲਹਾਲ ਤੁਸੀਂ ਚੈੱਕ ਕਰੋ, ਆਪਾਂ ਪਹਿਲਾਂ ਪਾਉਣਾ ਟੇਲ, 9.2 ਦੀ ਐਵਰੇਜ। ਉਹ ਬਾਬਾ ਤੂੰ ਕੋਈ ਫੋਰਚੂਨਰ ਹੀ ਦਵਾ ਦੇ ਯਾਰ, ਤੇਲ ਦਾ ਮੈਂ ਸਾਰ ਲੂੰ, ਤੇਲ ਦਾ ਤਾਂ ਮੈਂ ਸਾਰੀ ਜਾਂਦਾ ਆ, ਬਸ ਫੋਰਚੂਨਰ ਹੀ ਦਵਾ ਦੇ ਮੈਨੂੰ। ਅਤੇ ਫਿਲਹਾਲ ਮਿਹਨਤ ਕਰਾਂਗੇ ਤਾਂ ਭਾਈ ਸਭ ਕੁਛ ਮਿਲਦਾ ਆ। ਇੱਕ ਵਾਰੀ ਆਪਾਂ ਹਵਾ ਵੀ ਚੈੱਕ ਕਰਾਉਣੀ ਆ, ਠੀਕ ਹੈ। ਫਿਲਹਾਲ ਆਪਾਂ ਨਿਕਲਦੇ ਹਾਂ ਇੱਥੋਂ, ਥੋੜ੍ਹਾ ਜਿਹਾ ਟ੍ਰੈਫਿਕ ਤੋਂ ਵਿਹਲਾ ਹੋ ਜਾਈਏ, ਵਿਹਲ ਜੀ 'ਚ ਜਾ ਕੇ ਫਿਰ ਵਲੌਗ ਸ਼ੁਰੂ ਕਰਦੇ ਹਾਂ, ਇਹ ਨਾ ਹੋਈਏ ਕਿ ਇਹਨੂੰ ਥੱਪਾ ਕਰ ਲਈਏ। ਅਤੇ ਫਿਲਹਾਲ ਆਪਾਂ ਥੋੜ੍ਹੇ ਟਾਈਮ ਤੱਕ ਸ਼ੁਰੂ ਕਰਦੇ ਹਾਂ ਵਾਪਸ ਵਲੌਗ ਨੂੰ। ਹਾਂਜੀ ਵੀਰੋ, ਸੋ ਮੈਂ ਨਿਕਲ ਗਿਆ ਜੀ। ਅਤੇ ਮੈਂ ਇੱਕ ਚੀਜ਼ ਤੁਹਾਨੂੰ ਦੱਸਦਾ, ਜਿੱਦਾਂ ਨਾ ਮੈਂ 2 ਸਪੈਕਸ ਬਣਵਾਈਆਂ ਸੀਗੀਆਂ, ਮੇਰੀ ਦੂਰ ਦੀ ਨਜ਼ਰ ਥੋੜ੍ਹੀ ਕਮਜ਼ੋਰ ਆ, ਉਹਦੇ ਕਰਕੇ ਇੱਕੋ ਨੰਬਰ ਆ ਸਪੈਕਸ ਦਾ, ਠੀਕ ਹੈ। ਅਤੇ ਕੋਈ ਖਾਸ ਮਤਲਬ ਉਹ 'ਚ ਲੈਂਸ ਨੂੰ ਲੈ ਕੇ ਕੋਈ ਫਰਕ ਨਹੀਂ ਹੈਗਾ, ਠੀਕ ਹੈ। ਸੇਮ ਉਹਦੇ 'ਚ ਵੀ ਅਲਟਰਾ ਯੂਵੀ ਲੈਂਸ ਜਿਹੜੇ ਕਹਿੰਦੇ ਹੁੰਦੇ ਆ ਉਹ ਆ, ਠੀਕ ਹੈ, ਯੂਵੀ ਕੱਟ ਅਤੇ ਡੇ ਨਾਈਟ ਵਾਲੇ, ਠੀਕ ਹੈ। ਅਤੇ ਸੇਮ ਲੈਂਸ ਬਣਵਾਏ ਸੀ, ਸਾਰਾ ਕੁਝ ਸੇਮ ਆ, ਪਰ ਇਹ ਮੈਂ ਅੱਜ ਕਿਉਂਕਿ ਇਹ ਪੱਗ ਦੇ ਲਈ ਸਪੈਸ਼ਲ ਮੈਂ ਬਣਵਾਈ ਸੀ, ਇਹਦੇ 'ਚ ਨਾ ਬੈਂਡ ਹੁੰਦਾ ਹੈ ਡੰਡੀ 'ਚ, ਅਤੇ ਸਪੈਸ਼ਲ ਬਣਵਾਈ ਸੀ। ਅਤੇ ਉਹਦੇ ਹਿਸਾਬ ਨਾਲ ਵੀ ਹੁਣ ਮੈਂ ਲਾਈ ਆ ਜਦੋਂ ਇਹ, ਤਾਂ ਮੈਨੂੰ ਓਪਰਾ ਓਪਰਾ ਜਿਹਾ ਲੱਗ ਰਿਹਾ ਆ, ਪਤਾ ਨਹੀਂ ਕਿਉਂ ਲੱਗਦਾ ਪਿਆ ਇਹ, ਕੋਈ ਨੰਬਰ 'ਚ ਚੇਂਜ ਨਹੀਂ ਤਾਂ ਨਹੀਂ ਹੈਗਾ, ਰਹਿ ਗਿਆ ਜਾਂ ਕੁਛ ਆ, ਪਰ ਓਪਰਾ ਜਿਹਾ ਫੀਲ ਹੋਈ ਜਾਂਦਾ। ਅਤੇ ਉਹੀ ਨਾ ਆਪਣੀ ਬੋਡੀ ਨੂੰ ਕਈ ਵਾਰੀ ਆਦਤ ਹੋ ਜਾਂਦੀ ਆ ਉਹੋ ਜਿਹੇ ਸਿਸਟਮ ਦੀ, ਵੀ ਜਿੱਦਾਂ ਦਾ ਆਪਾਂ ਯੂਜ਼ ਕਰਦੇ ਆ ਰਹੇ ਹਾਂ, ਯੂਜ਼ ਟੂ ਹੋ ਜਾਂਦੀ ਆ ਬੋਡੀ। ਅਤੇ ਅੱਜ ਮੈਨੂੰ ਥੋੜ੍ਹਾ ਜਿਹਾ ਓਪਰਾ ਫੀਲ ਹੋ ਰਿਹਾ। ਅਤੇ ਇੱਕ ਮੈਂ ਬੰਨੀ ਅੱਜ ਪੱਗ, ਬਹੁਤ ਟਾਈਮ ਬਾਅਦ ਬੰਨੀ ਆ, ਮਹਾਰਾਜ ਮਿਹਰ ਕਰੇ ਯਾਰ, ਰੈਗੂਲਰ ਹੋ ਜਾਈਏ ਇਸ ਚੀਜ਼ 'ਚ, ਠੀਕ ਹੈ। ਅਤੇ ਕਿਉਂਕਿ ਯਾਰ ਮੈਨੂੰ ਨਾ ਪਰਸਨਲੀ ਦੱਸਾਂ ਤਾਂ ਟੋਪੀ ਪਾਉਣਾ ਇੱਕ ਮਜਬੂਰੀ ਬਣ ਗਈ ਆ, ਅਤੇ ਵੈਸੇ ਮੇਰਾ ਦਿਲ ਨਹੀਂ ਹੁੰਦਾ ਵੀ ਮੈਂ ਟੋਪੀ ਪਾਵਾਂ, ਠੀਕ ਹੈ। ਅਤੇ ਚਲੋ ਫਿਲਹਾਲ ਜੋ ਵੀ ਹੈ ਹੁਣ ਤਾਂ ਐਡਜਸਟ ਹੋ ਰਿਹਾ ਆ, ਹੌਲੀ ਹੌਲੀ ਯੂਜ਼ ਟੂ ਹੋਵਾਂਗਾ ਇਸ ਚੀਜ਼ ਦਾ ਵੀ। ਪਹਿਲਾਂ ਬਹੁਤ ਵਧੀਆ ਰੂਟੀਨ ਬਣ ਗਈ ਸੀ ਵਿੱਚ ਜੇ, ਪਰ ਉਹ ਸਟਿਲ ਜਦੋਂ ਗਰਮੀਆਂ ਆਉਂਦੀਆਂ ਥੋੜ੍ਹਾ ਜਿਹਾ ਬੋਡੀ ਅਨਕੰਫਰਟੇਬਲ ਫੀਲ ਕਰਦੀ ਹੁੰਦੀ ਸੀ। ਅਤੇ ਅੱਜ ਮੈਂ ਇਸੇ ਕਰਕੇ ਬੰਨੀ ਹਾਂ, ਮੈਂ ਕਿਹਾ ਦੇਖਦੇ ਹਾਂ ਵੀ ਕੀ ਕੁਛ ਰਿਪੋਰਟ ਰਹਿੰਦੀ ਆ। ਲਓ ਜੀ ਵੀਰੋ, ਆਪਾਂ 50-50 ਤਾਂ ਕਿਤੇ ਨਹੀਂ, ਆਪਾਂ ਪਹਿਲਾਂ ਹਰਿਆਣੇ ਵਾਲੇ ਪੰਪ 'ਤੇ ਰੁਕ ਗਏ, ਕਿਉਂਕਿ ਮੈਨੂੰ ਮੇਰੇ ਦਿਮਾਗ ਦਾ ਪਤਾ ਫਿਰ ਮੈਂ ਨਾ ਇੱਦਾਂ ਹੀ ਖਿੱਚੀ ਜਾਣੀ ਆ ਗੱਡੀ, ਅਤੇ ਬਾਅਦ 'ਚ ਮੈਨੂੰ
ਪੰਪ ਦਾ ਖਿਆਲ ਨਹੀਂ ਰਹਿੰਦਾ ਵੀ ਹਾਂ ਤੇਲ ਵੀ ਪਾਉਣਾ ਆ, ਐਵੇਂ ਚੱਕਰ ਮਿੰਟ ਪਊਗਾ, ਉਸ ਤੋਂ ਚੰਗਾ ਆ ਪਹਿਲਾਂ ਹੀ ਆਪਣਾ ਇੰਤਜ਼ਾਮ ਕਰ ਲਓ। ਹੁਣ ਹਵਾ ਵਾਲੇ ਤੋਂ ਆ ਗਏ ਹਾਂ, ਹਵਾ ਚੈੱਕ ਕਰਾ ਲੈਂਦੇ ਹਾਂ। ਸਾਡਾ ਵੱਡਾ ਬੰਦਾ ਕਹਿੰਦਾ ਸੀ ਵੀ ਮੈਂ ਬੱਤੀ ਬੱਤੀ ਕਰਾ ਕੇ ਲਿਆਇਆ ਅਤੇ ਹਵਾ ਸੀਗੀ ਇਹ 'ਚ 40, ਠੀਕ ਹੈ ਤੁਸੀਂ ਹਿਸਾਬ ਲਾਓ। ਅਤੇ ਗੱਡੀ ਤਾਂ ਵਿਚਾਰੀ ਐਂ ਟੱਪਣ ਡਈ ਆ ਜਿਵੇਂ ਉਹ ਕੋਸਕੋ ਦੀ ਗੇਂਦ ਟੱਪਦੀ ਆ। ਲਓ ਜੀ ਵੀਰੋ, ਸਾਡੇ ਨਾਲ ਤਾਂ ਮੋਏ ਮੋਏ ਹੋ ਗਈ, ਟ੍ਰੈਫਿਕ ਹੀ ਬਹੁਤ ਆ। ਲਾਲੜੂ ਦੀ ਐਂਟਰੈਂਸ ਤੋਂ ਟ੍ਰੈਫਿਕ ਸ਼ੁਰੂ ਹੋਇਆ ਆ ਅਤੇ ਮੇ ਬੀ ਜਿੱਥੇ ਤੱਕ ਮੇਰੀ ਨੌਲੇਜ ਆ ਇਹ ਜਿਹੜਾ ਆਪਣਾ ਲੈਲੀ ਵਾਲਾ ਮੋੜ ਆਉਂਦਾ ਨਾ, ਫਾਟਕ ਆਉਂਦੇ ਆ ਜਿਹੜੇ, ਇਹ ਉੱਥੇ ਤੱਕ ਹੋਊਗਾ ਸਿਸਟਮ ਟ੍ਰੈਫਿਕ ਵਾਲਾ ਪੂਰਾ। ਬਾਕੀ ਮਹਾਰਾਜ ਕਰੇ ਇੱਦਾਂ ਹੀ ਚੱਲਦੀਆਂ, ਇੰਨੀ ਕੁ ਸਪੀਡ 'ਤੇ ਵੀ ਜੇ ਗੱਡੀਆਂ ਚੱਲਦੀਆਂ ਨੇ ਤਾਂ ਵਧੀਆ ਟਾਈਮਿੰਗ 'ਤੇ ਕ੍ਰੋਸ ਹੋ ਜਾਏਗਾ, ਠੀਕ ਹੈ। ਨਹੀਂ ਪੰਗਾ ਇਹੀ ਆ ਵੀ ਜੇ ਰੁਕ ਗਈ ਟ੍ਰੈਫਿਕ ਫਿਰ ਔਖਾ, ਲੈ ਉਹੀ ਕੰਮ ਹੋ ਜਾਂਦਾ ਜਿਹੜੀ ਲਾਈਨ 'ਚ ਆਪਾਂ ਚੱਲਦੇ ਹਾਂ ਉਸੇ ਰੁਕ ਜਾਂਦੀ ਹੈ। ਉਹ ਲੈ ਗਿਆ ਪੱਟੂ ਟਪਾ ਕੇ ਫੁੱਟਪਾਥ 'ਚ, ਉਹਨਾਂ ਦਾ ਸਹੀ ਆ, ਵੱਡੇ ਵੱਡੇ ਟਾਇਰ ਆ, ਚੱਕ ਕੇ ਜਿੱਥੋਂ ਮਰਜ਼ੀ ਲੈ ਜਾਓ, ਫੁੱਟਪਾਥ ਦਾ ਕੋਈ ਚੱਕਰ ਹੀ ਨਹੀਂ। ਹੁਣ ਇਹਨੇ ਇਸੇ ਸਾਈਡ 'ਤੇ ਸਰਵਿਸ ਲੇਨ 'ਤੇ ਜਾਈ ਜਾਣਾ, ਅੱਗੇ ਜਾ ਕੇ ਫਾਟਕਾਂ ਤੋਂ ਥੋੜ੍ਹਾ ਜਿਹਾ ਪਹਿਲਾਂ ਹੀ ਰੁਕ ਜਾਣਾ ਆ ਬਸ, ਅਤੇ ਮਤਲਬ ਇਹ ਛੇਤੀ ਕਵਰ ਅਪ ਕਰ ਜੂਗਾ। ਲੈ ਸਾਰੀਆਂ ਹੀ ਰਾਣੀਆਂ ਇੱਧਰੋਂ ਨੂੰ ਆ, ਅਤੇ ਭਾਈ ਆਪਾਂ ਨੂੰ ਤਾਂ ਇੱਦਾਂ ਹੀ ਜਾਣਾ ਪੈਣਾ ਕਿਉਂਕਿ ਆਪਣੇ ਕੋਲ ਹੈਗੀ ਛੋਟੇ ਟਾਇਰਾਂ ਵਾਲੀ ਗੱਡੀ, ਅਤੇ ਸਾਡੇ ਜਿਹੜੇ ਕਹਿਣਾ ਨਾ ਰਨਿੰਗ ਬੋਰਡ ਆ, ਕੜਪ 'ਚ ਬੋਲ ਜਾਣੇ ਆ ਜੇ ਆਪਾਂ ਟਪਾਉਣ ਦੀ ਕੋਸ਼ਿਸ਼ ਕੀਤੀ ਤਾਂ। ਸੋ ਫਿਲਹਾਲ ਪੇਸ਼ੈਂਸ ਰੱਖ ਕੇ ਚੱਲਦੇ ਹਾਂ ਅਤੇ ਦੇਖਦੇ ਹਾਂ, ਨਾਲੇ ਤੁਹਾਨੂੰ ਦਿਖਾਈ ਚੱਲਾਂਗੇ ਵੀ ਅੱਗੇ ਕੀ ਕੁਛ ਆ ਕਿੱਦਾਂ ਆ। ਹਾਂ ਬਾਈ, ਵੋਲਵੋ ਵਾਲੇ ਪ੍ਰਧਾਨ ਨੇ ਪਤਾ ਨਹੀਂ ਕਿੱਧਰ ਨੂੰ ਵਿੰਗੀ ਜੀ ਕਰ ਲਈ ਆ, ਅਤੇ ਥਾਣੇ ਵੱਲ ਨੂੰ ਸਿੱਧੀ ਕੀਤੀ ਹੋਈ ਆ ਪਤੰਦਰ ਨੇ, ਠੀਕ ਹੈ। ਕਿਉਂਕਿ ਹਰ ਇੱਕ ਨੂੰ ਇਸ ਟਾਈਮ ਦਿੱਕਤ ਆ ਹੀ ਰਹੀ ਆ। ਉਹ ਦੇਖੋ ਕੱਥੇ ਫਸਾਈ ਹੋਈ ਆ ਪਤੰਦਰ ਨੇ, ਥੱਲੇ ਵਾਲਾ ਟ੍ਰੈਫਿਕ ਵੀ ਰੋਕਤਾ ਉਹਨੇ, ਉੱਤੇ ਵਾਲਾ ਤਾਂ ਚਲੋ ਹੈ ਹੀ ਜਾਮ ਸੀਗਾ। ਉਹ ਦੇ ਲੈ ਜੇ ਅੰਦਰ ਹੀ ਲੈ ਕੇ ਜਾਊਗਾ, ਅੰਦਰੋਂ ਪਤਾ ਨਹੀਂ ਮੁੜੂਗੀ ਕਿ ਨਹੀਂ ਮੁੜੂਗੀ। ਲਓ ਵੀ ਬਾਬਿਓ ਖੜੇ ਰਹਿ ਗਏ ਯਾਰ ਸਾਰੇ ਲਾਈਨਾਂ 'ਚ, ਯਾਰ ਤੁਹਾਡਾ ਇੱਧਰੋਂ ਦੀ ਮਾਰ ਕੇ ਟਰਨ ਜਿਹਾ ਤਾਂ ਆ ਗਿਆ, ਆਪਾਂ ਵੀ ਥੋੜ੍ਹੀ ਜਿਹੀ ਐਕਸਟ੍ਰੀਮ ਰਾਈਡ ਕਰ ਲਈ ਫੁੱਟਪਾਥ ਤੋਂ ਨਾ। ਉੱਥੇ ਸਕੋਰਪੀਓ ਐਨ ਵਾਲੇ ਨੇ ਕੱਢੀ ਅਤੇ ਮੈਂ ਅੰਦਾਜ਼ਾ ਲਾ ਲਿਆ, ਮੈਂ ਕਿਹਾ ਵੀ ਰਨਿੰਗ ਬੋਰਡ ਨਹੀਂ ਲੱਗੂਗਾ, ਆਰਾਮ ਨਾਲ ਨਿਕਲ ਜੂਗੀ ਗੱਡੀ ਆਪਣੀ, ਅਤੇ ਆਪਾਂ ਜਸਟ ਫਿਰ ਐਂ ਕਰਕੇ ਕੱਟ ਮਾਰਿਆ ਅਤੇ ਗੱਡੀ ਕੱਢ ਲਈ। ਹੁਣ ਆਪਾਂ ਨੂੰ ਇੱਥੋਂ ਦੇਖਣਾ ਆ ਕਿ ਸੱਦਾ ਜਾਈਏ ਜਾਂ ਫਿਰ ਟਰਨ ਮਾਰ ਕੇ ਅੰਦਰੋਂ ਦੀ ਨਿਕਲ ਜਾਈਏ। ਬਾਬੇ ਦੀ ਮਿਹਰ ਨਾਲ ਨਾ ਉੱਥੋਂ ਮੈਂ ਔਖਾ ਸੌਖਾ ਜਿਹਾ ਕੱਢ ਲਿਆ ਵਿੰਗਾ ਟੇਢਾ ਜਿਹਾ ਕਰਕੇ ਗੱਡੀ ਨੂੰ, ਅਤੇ ਆਪਾਂ ਨੂੰ ਅੱਗੇ ਵੀ ਕਲੀਅਰੈਂਸ ਹੀ ਮਿਲੀ ਜਾਂਦੀ ਆ। ਹੁਣ ਬਸ ਇੱਥੋਂ ਖਿੱਚ ਲਈਏ, ਕਿਉਂਕਿ ਆਹ ਲੈਲੀ ਵਾਲਾ ਮੋੜ ਆ ਨਾ, ਇੱਥੇ ਤੱਕ ਆਪਾਂ ਨੂੰ ਟ੍ਰੈਫਿਕ ਮਿਲਦੇ ਜਿਹੜੇ ਆ ਉਹ ਚਾਂਸ ਵੱਧ ਆ, ਕਿਉਂਕਿ ਬਾਈ ਬਾਸਮੇ ਤੋਂ ਬਾਅਦ ਢਵਾਣਾ ਬਾਸਮਾ ਤੋਂ ਬਾਅਦ ਜਿਹੜਾ ਆਪਣਾ ਸੈਕਿੰਡ ਕਰੋਸਿੰਗ ਆ ਨਾ ਘੱਗਰ ਨੂੰ ਪਾਰ ਕਰਨ ਵਾਲੀ, ਉਹ ਲੈਲੀ ਤੋਂ ਆ, ਠੀਕ ਹੈ, ਫਿਰ ਚੰਡੀਗੜ੍ਹ ਨੂੰ ਘੁੰਮ ਕੇ ਆ, ਅਤੇ ਜਾਂ ਫਿਰ ਹੈਗੀ ਆ ਉੱਧਰੋਂ ਜਿਹੜਾ ਆਪਣਾ ਏਰੀਆ ਪੈਂਦਾ ਲੋਹ ਸਿੰਬਲੀ ਵਾਲਾ। ਹੁਣ ਜਦੋਂ ਮੈਂ ਵਾਪਸ ਜਾਣਾ ਆ ਨਾ ਆਪਣਾ ਮਜੈਲ ਕੋਲ ਵੇਟ ਵੂਟ ਲੈ ਕੇ ਜਾਂ ਜੋ ਵੀ ਕੰਮ ਕਰਾਉਣ ਜਾਣਾ ਜਦੋਂ ਜਾਣਾ ਆ, ਉਦੋਂ ਮੈਂ ਤੁਹਾਨੂੰ ਦਿਖਾਊਂਗਾ ਆਪਾਂ ਕਿਹੜੇ ਏਰੀਏ 'ਚ ਜਾਂਦੇ ਹਾਂ ਅਤੇ ਕੀ ਕੁਛ ਟਾਸਕ ਰਹਿ ਗਏ ਆ ਗੱਡੀਆਂ ਵਾਲਿਆਂ ਵਾਸਤੇ, ਕਾਰਾਂ ਵਾਲਿਆਂ ਵਾਸਤੇ, ਠੀਕ ਹੈ। ਕਿਉਂਕਿ ਪ੍ਰੋਬਲਮ ਪਤਾ ਕੀ ਹੈ, ਜਿਹੜਾ ਆਪਣਾ ਲੋਕਲ ਏਰੀਆ ਨਾ ਚੰਡੀਗੜ੍ਹ ਪੰਚਕੂਲਾ ਮੋਹਾਲੀ ਹੋ ਗਿਆ ਅੰਬਾਲਾ ਹੋ ਗਿਆ ਰਾਜਪੁਰਾ ਪਟਿਆਲਾ, ਇਹ ਲਾਗੇ ਲਾਗੇ ਦੇ ਏਰੀਏ 'ਤੇ ਲੋਕਾਂ ਨੂੰ ਤਾਂ ਪਤਾ ਲੱਗ ਗਿਆ ਕਿ ਹਾਂ ਬਈ ਕਿੱਥੋਂ ਕੀ ਕੁਛ ਆ ਕਿੱਦਾਂ ਕੀ ਆ, ਹੈ ਨਾ। ਜਿਹੜੇ ਵਿਚਾਰੇ ਇਸ ਟਾਈਮ ਬਾਹਰੋਂ ਆ ਰਹੇ ਆ ਨਾ, ਜਿਨ੍ਹਾਂ ਨੇ ਮਨਾਲੀ ਜਾਣਾ ਆ, ਘੁੰਮਣ ਜਾਣਾ ਆ, ਜਿਨ੍ਹਾਂ ਨੇ ਅੰਮ੍ਰਿਤਸਰ ਸਾਹਿਬ ਜਾਣਾ ਆ, ਹੋਰ ਇੱਧਰ ਉੱਧਰ ਦਰਬਾਰ ਸਾਹਿਬ ਕਿਤੇ ਵੀ ਕਹਿ ਸੀ ਆਪਾਂ, ਠੀਕ ਹੈ, ਉਹਨਾਂ ਲਈ ਬਹੁਤ ਔਖਾ ਹੋਇਆ ਪਿਆ। ਕਿਉਂ? ਉਹਨਾਂ ਨੂੰ ਤਾਂ ਇੱਕ ਨਵੀਂ ਜਿਹੀ ਚੀਜ਼ ਦੇਖਣ ਨੂੰ ਮਿਲਦੀ ਆ, ਭਾਈ ਇੱਕ ਤੰਗ ਜਿਹਾ ਪੁਲ ਬਣਾਇਆ ਆ ਟੈਂਪਰੇਰੀ ਜਿਹਾ, ਪੈਪ 'ਤੇ ਮਿੱਟੀ ਪਾ ਕੇ ਉੱਤੋਂ ਦੀ ਗੱਡੀ ਕੱਢਣੀ ਆ, ਵੀ ਉਹ ਕਾਫੀ ਔਖਾ ਆ, ਟਾਸਕ ਜਿਹਾ ਹੋ ਜਾਂਦਾ ਇੱਕ ਦੂਜੇ ਲਈ ਅਤੇ ਨਵੇਂ ਬੰਦਿਆਂ ਵਾਸਤੇ। ਅਤੇ ਬਾਕੀ ਬਈ ਆਹ ਜਿਹੜਾ ਰਸਤਾ ਆ ਇਹ ਹੈ ਸਾਫ ਆ, ਥੋੜ੍ਹਾ ਪਿੰਡੋਂ ਪਿੰਡ ਹੀ ਹੋ ਕੇ ਜਾਂਦਾ ਆ, ਆਹ ਚੈੱਕ ਕਰੋ ਟ੍ਰੈਫਿਕ ਇੱਥੇ ਵੀ ਲੱਗਿਆ ਹੋਇਆ ਆ।
ਫਿਰ ਵੀ ਬਹੁਤ ਹੱਦ ਤੱਕ ਆਪਾਂ ਨੂੰ 600 ਮੀਟਰ ਦਾ ਰਹਿ ਗਿਆ ਬਸ, ਅਤੇ ਅੱਗੇ ਪੁਲਿਸ ਖੜ੍ਹੀ, ਆਪਾਂ ਕੈਮਰਾ ਥੱਲੇ ਕਰ ਲਈਏ ਹੁਣ। ਇੱਕ ਚੀਜ਼ ਤੁਹਾਨੂੰ ਹੋਰ ਦੱਸਦਾ ਆ, ਆਹ ਨਾ UP ਨੰਬਰ ਗੱਡੀ ਜਾ ਰਹੀ ਆ ਅੱਗੇ, ਠੀਕ ਹੈ, ਮੈਂ ਥੋੜ੍ਹਾ ਨੰਬਰ ਇਹਦਾ ਹਾਈਡ ਕਰ ਲਾਂ, ਅਤੇ ਇਹ ਗੱਡੀ ਜਿਹੜੀ ਆ ਇਹ ਜੈੱਡ ਬਲੈਕ ਕੀਤੀ ਹੋਈ ਆ ਬੰਦੇ ਦੀ, ਠੀਕ ਹੈ। ਪੁਲਿਸ ਵਾਲੇ ਨੇ ਇਹਨੂੰ ਹੱਥ ਮਾਰਿਆ, ਇਹ ਨਹੀਂ ਰੁਕਿਆ, ਪੁਲਿਸ ਵਾਲੇ ਵੀ ਇੰਨੇ ਐਡਵਾਂਸ ਆ, ਉਹਨੇ ਨਾਲ ਹੀ ਕੈਮਰਾ ਖੋਲ੍ਹਿਆ ਹੋਇਆ ਆ, ਫੋਟੋ ਖਿੱਚ ਲਈ ਆ, ਠੀਕ ਹੈ। ਹੁਣ ਜਿੱਥੇ ਮਰਜ਼ੀ ਚੱਲ ਜਾਵੇ, ਭਾਵੇਂ ਅਗਲੇ ਜਿੱਥੇ ਵੀ ਨਾਕਾ ਆਉਣਾ ਆ, ਇਹਦਾ ਪਤੰਦਰ ਦਾ ਜਿਹੜਾ ਫਰਲਾ ਆ ਉਹ ਕੱਟਿਆ ਲੈ, ਅਤੇ ਬਾਕੀ ਜਿਹੜੇ ਹੋਰ ਵੇਜ਼ ਆ ਉਹਨੇ ਬਾਰੇ ਆਪਾਂ ਗੱਲਾਂ ਕਰ ਦੇਣੀਆਂ ਵੀ ਚਲਾਨ ਭੁਗਤਣ ਵਾਲੇ, ਠੀਕ ਹੈ। ਅਤੇ ਇਹਦਾ ਜਿਹੜਾ ਇਹ ਕੰਮ ਆ ਇਹ ਡਨ ਹੋ ਗਿਆ ਜੀ, ਇਹਦੀ ਫੋਟੋ ਆ ਗਈ ਆ, ਅਗਲਿਆਂ ਨੇ ਇਹਦਾ ਪੇ ਕਰਾ ਹੀ ਲੈਣਾ ਇੱਕ ਕਿਸੇ ਨਾ ਕਿਸੇ ਤਰੀਕੇ ਨਾਲ। ਅਤੇ ਫਿਲਹਾਲ ਆਪਾਂ ਤਾਂ ਹੁਣ ਨਿਕਲ ਗਏ ਹਾਂ, ਟੋਲ ਟੈਕਸ ਕੋਲ ਪਹੁੰਚੀ ਜਾਂਦੇ ਹਾਂ ਦੱਪਰ ਵਾਲੇ, ਅਤੇ ਦੇਖਦੇ ਹਾਂ ਜੋ ਤੁਹਾਡੇ ਜੋ ਜੋ ਕੁਛ ਹੋਇਆ ਆ ਤੁਹਾਡੇ ਸਾਹਮਣੇ। ਹਾਲੇ ਮੈਂ ਕਿਹਾ 6-7 ਮਿੰਟ ਦਾ ਵਲੋਗ ਤਾਂ ਇਸੇ ਕੰਜਰਖਾਨੇ 'ਚ ਨਿਕਲ ਗਿਆ, ਇੱਥੇ ਫਸ ਗਏ, ਇੱਥੇ ਰਹਿ ਗਏ। ਸੋ ਫਿਲਹਾਲ ਆਪਾਂ ਨਿਕਲਦੇ ਹਾਂ ਅਤੇ ਖਿੱਚੀ ਚੱਲਦੇ ਹਾਂ, ਗੱਡੀ ਲੇਟ ਬਹੁਤ ਹੋ ਗਈ, ਆਪਾਂ 12:30 ਹੋ ਗਏ ਆ, ਕਾਫੀ ਟਾਈਮ ਦਾ ਨਿਕਲਿਆ ਹੋਇਆ ਮੈਂ ਕਰੋ। ਸੋ ਚਲੋ ਮਿਲਦੇ ਹਾਂ ਅੱਗੇ ਜਾ ਕੇ ਤੁਹਾਨੂੰ। ਹਾਂਜੀ ਵੀਰੋ, ਸੋ ਮੋਹਾਲੀ ਪਹੁੰਚ ਗਿਆ ਸੀਗਾ ਮੈਂ, ਅਤੇ ਟ੍ਰੈਫਿਕ ਜ਼ਿਆਦਾ ਸੀਗੀ ਤਾਂ ਕਰਕੇ ਮੈਂ ਵਲੋਗ ਸ਼ੁਰੂ ਹੀ ਨਹੀਂ ਕੀਤਾ, ਕਿਉਂਕਿ ਟਾਈਮ ਬਹੁਤ ਇੱਦਾਂ ਹੀ ਲੰਘ ਜਾਣਾ ਟ੍ਰੈਫਿਕ 'ਚ, ਕੋਈ ਫਾਇਦਾ ਨਹੀਂ ਟਾਈਮ ਵੇਸਟ। ਸੋਰੀ ਬਾਬੇ, ਮਿਊਜ਼ਿਕ ਚੱਲ ਗਿਆ ਸੀਗਾ ਉਹਦੇ ਕਰਕੇ ਵੀਡੀਓ ਪੌਜ਼ ਹੋ ਗਈ ਸੀ। ਅਤੇ ਮੈਂ ਇੱਥੇ ਕਲਿੱਪ ਤਾਂ ਸ਼ੁਰੂ ਕੀਤਾ ਆ, ਜਿੱਦਾਂ ਨਾ ਆਪਣੇ ਵੱਖ ਵੱਖ ਜਗ੍ਹਾਵਾਂ 'ਤੇ ਆਪਣੇ ਸਿੰਘਾਂ ਨੇ ਬਦਾਮਾਂ ਵਾਲੀ ਸ਼ਰਦਾਈ ਜਿਹੜੀ ਆ ਇਹਦੇ ਸਟੋਲ ਲਾਏ ਹੁੰਦੇ ਨੇ, ਅਤੇ ਮੇਰੇ ਭਰਾ ਮੈਂ ਵੀ ਹੁਣ ਜਸਟ ਪੀ ਕੇ ਨਿਕਲਣ ਲੱਗਾ ਹਾਂ। ਅਤੇ ਜਿਨ੍ਹਾਂ ਨੂੰ ਵੀ ਜਿੱਥੇ ਵੀ ਦੇਖਦੇ ਆ, ਠੀਕ ਹੈ ਵੀਰੋ, ਆਪਾਂ ਕੋਲਡ ਡਰਿੰਕ ਵਗੈਰਾ ਅਤੇ ਬਾਕੀ ਚੀਜ਼ਾਂ 'ਤੇ ਪੈਸਾ ਬਹੁਤ ਲਾ ਦਿੰਦੇ ਹਾਂ, ਠੀਕ ਹੈ, ਅਤੇ ਇੱਧਰ ਵੀ ਥੋੜ੍ਹਾ ਜਿਹਾ ਖਿਆਲ ਕਰੋ, ਬਾਕੀ ਆਪਣੀ ਆਪਣੀ ਮਰਜ਼ੀ ਆ, ਪਰ ਮੈਂ ਇੱਕ ਵਿਚਾਰ ਆਇਆ ਮੇਰੇ ਦਿਮਾਗ 'ਚ ਅਤੇ ਮੈਂ ਤੁਹਾਨੂੰ ਇਸੇ ਕਰਕੇ ਇਹਦੇ ਪਹੁੰਚ ਗਈ ਹਾਂ। ਆ ਖਲੋਤਾ ਝੋਟਾ ਐਂ ਜੂਨੀਅਰ ਜੂਨੀਅਰ ਪਿਆ ਅੰਦਰ। ਭਾਜੀ ਸਤਿ ਸ਼੍ਰੀ ਅਕਾਲ। ਓਹ ਸੋਰੀ ਸੋਰੀ, ਕਿੱਦਾਂ ਭਾਜੀ? ਠੀਕ ਵਧੀਆ ਵਧੀਆ। ਆ ਬੰਦੇ ਨਹੀਂ ਪਹੁੰਚੇ ਆਪਣੇ ਹਲੇ ਭਾਜੀ ਹੁਣੀ? ਨਹੀਂ। ਕਮਾਲ ਹੋ ਗਈ, ਉਹ ਤਾਂ ਮੈਨੂੰ ਕਹਿੰਦੇ ਅਸੀਂ ਨਿਕਲ ਗਏ ਕਰ ਗਏ, ਮੈਂ ਕਿਹਾ ਲੈ ਫਿਰ, ਮੈਂ ਤਾਂ ਸਗੋਂ ਇੰਨੀ ਟ੍ਰੈਫਿਕ 'ਚ ਫਸ ਕੇ ਆਇਆ। ਲਓ ਜੀ ਲਓ ਜੀ ਮਿੱਤਰੋ, ਮੁੰਡੇ ਪਹੁੰਚ ਗਏ, ਕਹਿੰਦੇ ਲਵੀ ਮੰਗਾ ਭਾਜੀ ਬਾਹਰ ਆ, ਭਾਜੀ ਲੱਗਾ ਕੋਈ ਓਪਰੇਸ਼ਨ ਜਿਹਾ ਉਹਨਾਂ ਦਾ। ਇੱਧਰ ਦੇਖੋ ਕਰੋ ਚੈੱਕ, ਪਟਾਕੇ ਪਾਈ ਜਾਂਦੇ ਹੜਦੇ ਨਹੀਂ, ਉਹਨਾਂ ਕੋਲ ਲੱਗਾ ਰਹਿੰਦਾ ਆ। ਆਹ ਚੈੱਕ ਕਰੋ ਝੋਟਾ, ਲੱਗਦਾ ਖਰਾ ਖੜ ਖਲੋਤਾ ਵੀ। ਲਓ ਜੀ ਮਿੱਤਰੋ, ਟਾਈਮ ਹੋ ਗਿਆ 11 ਵਜੇ ਦਾ, ਠੀਕ ਹੈ, ਅਤੇ ਪੰਪ ਹੋ ਗਏ ਡਨ, ਠੀਕ ਹੈ। ਇੱਧਰ ਮਿਲੋ ਇੰਦਰ ਨੂੰ, ਇੰਦਰ ਪਹੁੰਚ ਗਿਆ ਸੀਗਾ, ਅਤੇ ਕੰਮ ਪੂਰਾ ਓਕੇ ਹੋ ਗਿਆ ਆ, ਹੁਣ ਨਿਕਲਾਂਗੇ। ਮੁੰਡੇ ਖਲੋਤੇ ਬਾਹਰ, ਅੱਜ ਗੱਡੀਆਂ ਹੋ ਗਈਆਂ 1 Swift 2 ਅਤੇ 1 Swift ਪਰੇ, 3 ਗੱਡੀਆਂ ਹੋ ਗਈਆਂ, 2 ਜਾਣੀਆਂ ਅੰਬਾਲੇ ਨੂੰ। ਕੈਸਾ ਫੀਲ ਹੋ ਰਿਹਾ ਸਰ? 11 ਵੱਜ ਗਏ, ਕਿਹੜੇ ਟਾਈਮ ਕਰੇ ਪਹੁੰਚਣਾ ਮਹਾਰਾਜ? ਦੇਖ ਲਓ ਵੱਜਣੇ ਆ ਹੈ, ਇਹਨਾਂ ਕੋ ਵੱਜਣੇ ਸੋਖੇ। ਸਹੀ ਆ, ਦੇਖ ਲਓ ਐਦਾਂ ਟਾਈਮ ਟੱਪਦਾ ਹੁੰਦਾ। ਬਾਕੀ ਮਿੱਤਰੋ ਹੁਣ ਬਸ ਨਿਕਲਦੇ ਹਾਂ, ਮੇਰਾ ਤਾਂ ਸਿਰ ਦਰਦ ਹੋਣ ਲੱਗ ਗਿਆ ਜਿਹਦੇ ਕਰਕੇ ਮੈਨੂੰ ਪੱਗ ਲਾਉਣੀ ਪੈ ਗਈ, ਜਿੱਦਾਂ ਆਪਾਂ ਦੁਪਹਿਰੇ ਗੱਲ ਕਰਦੇ ਹਾਂ ਨਾ, ਮੇਰਾ ਸਿਰ ਬਹੁਤ ਜ਼ਿਆਦਾ ਦਰਦ ਹੋਣ ਲੱਗਾ। ਅਤੇ ਫਿਲਹਾਲ ਹੁਣ ਬਸ ਚੱਲਦੇ ਹਾਂ ਘਰ ਨੂੰ ਚੱਲਣ ਦੀ ਤਿਆਰੀ ਕਰਦੇ ਹਾਂ ਬਸ। ਚੱਕੋ ਬਾਬਿਓ, ਪਹਿਲਾ ਪੰਪ, ਦੂਜਾ ਅਤੇ ਤੀਜਾ ਪੰਪ, ਠੀਕ ਹੈ, ਪੰਪ 'ਤੇ ਪੰਪ ਹੋਇਆ ਪਿਆ ਕੰਮ, ਪੰਪੋ ਪੰਪ ਹੋਇਆ ਪਿਆ ਆ,
ਤਾਂ ਤਿਆਰੀ ਹੋ ਗਈ ਨਿਕਲਣ ਦੀ। ਹਾਂਜੀ ਬਾਬਿਓ, ਸੋ 12:30 ਹੋ ਗਿਆ ਜੀ ਟਾਈਮ, ਅਤੇ ਮੈਂ ਬਸ ਪਹੁੰਚ ਹੀ ਚੱਲਿਆ ਘਰ ਦੇ ਲਾਗੇ ਹੀ ਹਾਂ, ਅਤੇ ਟ੍ਰੈਫਿਕ ਬਹੁਤ ਸੀਗਾ। ਇੱਕ ਮੇਰਾ ਸਿਰ ਬਹੁਤ ਦੁਖਣ ਲੱਗ ਗਿਆ ਸੀ ਕਿਉਂਕਿ ਮੈਂ ਨਾ ਪੱਗ ਥੋੜ੍ਹੀ ਜਿਹੀ ਟਾਈਟ ਬੰਨ ਲਈ, ਕਿਉਂਕਿ ਬਰਨ ਹੋਣ ਕਰਕੇ ਜਿੱਦਾਂ ਮੈਂ ਨਾ ਸ਼ਾਇਦ ਪਿਛਲੇ ਕਲਿੱਪ 'ਚ ਤੁਹਾਨੂੰ ਦੱਸਿਆ ਕਿ ਨਹੀਂ ਦੱਸਿਆ, ਥੋੜ੍ਹੀ ਜਿਹੀ ਨਾ ਮਤਲਬ ਹਾਲੇ ਮੇਰੇ ਸਿਰ ਦੀ ਸਕਿਨ ਪਤਲੀ ਹੈ ਸਾਈਡਾਂ ਤੋਂ ਮੱਥੇ ਦੇ ਲਾਗੋਂ, ਅਤੇ ਉਹਦੇ ਕਰਕੇ ਮਤਲਬ ਹੁੰਦਾ ਆ ਥੋੜ੍ਹਾ ਜਿਹਾ, ਮੈਂ ਬੰਨ ਲਿਆ ਜ਼ਿਆਦਾ ਹੀ ਟਾਇਟ ਕੁਛ, ਉਹਦੇ ਕਰਕੇ ਪ੍ਰੋਬਲਮ। ਵਾਹ ਬੱਲੇ ਸ਼ੇਰੋ, ਆਹ ਚੈੱਕ ਕਰੋ, ਕਿਸੇ ਦੀ ਖਾਧੀ ਪੀਤੀ ਹੋਈ ਉਹਨੇ ਸਾਰੇ ਲਤੜ ਦੇਣੇ ਆ। ਅਤੇ ਫਿਲਹਾਲ ਇਸ ਵਲੋਗ ਦਾ ਆਪਾਂ ਐਂਡ ਕਰਦੇ ਹਾਂ ਕਿਉਂਕਿ ਵਲੋਗ ਕਾਫੀ ਲੰਬਾ ਹੋ ਗਿਆ ਆ ਉਹ ਆਲਰੇਡੀ, ਅਤੇ ਆਪਾਂ ਇਹਨੂੰ ਕਰਦੇ ਹਾਂ ਐਂਡ, ਅਤੇ ਫਿਰ ਮਿਲਦੇ ਹਾਂ ਨਵੇਂ ਵਲੋਗ 'ਚ। ਅਤੇ ਅੱਜ ਦਾ ਤਾਂ ਆਪਣਾ ਤੋੜਾ ਫੇਰੇ ਵਾਲਾ ਵਲੋਗ ਸੀਗਾ, ਹੋਪ ਕਰਦਾ ਤੁਸੀਂ ਇੰਜੋਏ ਕੀਤਾ ਹੋਊਗਾ। ਅਤੇ ਜੇ ਕਿਸੇ ਵੀ ਮੇਰੇ ਵੀਰ ਭਰਾ ਨੂੰ ਕੋਈ ਸਵਾਲ ਆ, ਕੁਸ਼ਚਨ ਆ ਕਿਸੇ ਚੀਜ਼ ਨੂੰ ਲੈ ਕੇ, ਅਤੇ ਉਹ ਕਮੈਂਟਾਂ 'ਚ ਜ਼ਰੂਰ ਦੱਸਿਓ, ਅਤੇ ਆਪਾਂ ਉਹਨਾਂ ਬਾਰੇ ਗੱਲ ਕਰਾਂਗੇ ਉਸ ਚੀਜ਼ ਬਾਰੇ, ਠੀਕ ਹੈ। ਫਿਲਹਾਲ ਆਪਾਂ ਪਹੁੰਚ ਗਏ ਹਾਂ ਜੀ ਘਰ, ਅਤੇ ਕਰਦੇ ਹਾਂ ਵਲੋਗ ਨੂੰ ਇੱਥੇ ਐਂਡ, ਮਿਲਦੇ ਹਾਂ ਜੀ ਤੁਹਾਨੂੰ ਜਲਦੀ ਨਵੇਂ ਵਲੋਗ ਨਾਲ। The useless was shooting, no one notices the you, it's just me against the world.